ਜਦੋਂ ਲਿਖਿਆ ਗਿਆ ਸੀ ਹਵਾ ਵਿੱਚ ਰਾਣੀ ਤੱਤ ਦਾ ਵਿਸਤਾਰ ਉਦੋਂ ਖਿਆਲਾਂ ਕਲਾਂ ਚ ਵਸਦਾ ਆਕਾਰਾਂ ਦਾ ਸਿੱਲੀ ਅੱਖ ਚੋਂ ਸਭ ਕੁਛ ਧੋ ਧੋ ਕੇ ਵੇਖਣ ਤੋਂ ਪਹਿਲਾਂ ਉਹਨੂੰ ਧੂੜਾਂ ਤੇ ਮਿੱਟੀ ਸਣੇ ਕਬੂਲਦਾ ਤੱਤਾਂ ਤੋਂ ਰਾਣੀ ਦੀ ਮਹਿਕ ਜੋੜਨ ਦਾ ਕਾਰਜ ਉਹਦੀ ਮੱਤ ਵੱਲੋਂ ਦੀ ਆਗਾਜ਼ ਜਿਵੇਂ ਹੋ ਚੁੱਕਿਆ ਸੀ ਜਿਵੇਂ ਸੁੱਕੀ ਮਿੱਟੀ ਉੱਤੇ ਕਮੰਡਲ ਚੋਂ ਪਾਣੀ ਦਾ ਛਿੜਕਾ ਕਰ ਬਸ ਉਹਨੇ ਮਿੱਟੀ ਚ ਵਸੀ ਮਹਿਕ ਨੂੰ ਉਜਵਲ ਕੀਤਾ ਸਾਡੀ ਨਿਗਾਹਾਂ ਸਾਹਮਣੇ ਉਹਨੇ ਪਰਤਾਂ ਚ ਵਸਿਆਂ ਨੂੰ ਮਹਿਕ ਰਾਹੀਂ ਮਨਾਂ ਸਾਵੀ ਰੱਖ ਦਿੱਤਾ ਮੈਂ ਨਹੀਂ ਆਖਾਂਗੀ ਕਿ ਇਹ ਗੱਲਾਂ ਇਕੱਲੀ ਪੰਜਾਬ ਦੀਆਂ ਉੱਠੀਆਂ ਨੇ ਇਹ ਤਾਂ ਪੰਜਾਬ ਦੇ ਮੱਥੇ ਦੀ ਚੜ੍ਹਦੀ ਕਲਾ ਨੂੰ ਸੋਪਤਾ ਤੇ ਅਮੀਰੀ ਬਖਸ਼ੇ ਗਏ ਕਾਰਜ ਵੀ ਨੇ ਅਤੇ ਇਹਦੀ ਖੁਸ਼ ਨਸੀਬੀ ਵੀ ਕਿ ਜਦੋਂ ਵੀ ਵੇਦ ਦੀਆਂ ਪਿੰਜਣੀਆਂ ਹਵਾ ਦੀ ਟਕੋਰ ਕਰਦੀਆਂ ਨੇ ਤਾਂ ਲੋਰ ਇਹਦੀ ਹਵਾ 'ਚ ਕੁੱਲ ਸੰਸਾਰ ਨਚਾ ਦਿੰਦੀ ਹੈ ਇਹੀ ਖੁਸ਼ ਨਸੀਬੀ ਸਾਡੀ ਸਮਝ ਹਿੱਸੇ ਵੀ ਆਈ ਜਦੋਂ ਕਿਤਾਬ ਰਾਣੀ ਤੱਤ ਸਾਡੇ ਹੱਥਾਂ ਤੀਕ ਪਹੁੰਚੀ ਨਾਨਕ ਤੇ ਸਿੱਖ ਜਦੋਂ ਵੀ ਉਹਦੀ ਪਿੰਜਣੀਆਂ 'ਤੇ ਲੱਗੀ ਮਿੱਟੀ ਜੋ ਝੜ ਕੇ ਅੱਖਰ ਬਣੀ ਤੇ ਉਹੀ ਅੱਖਰਾਂ ਨੂੰ ਜੋ ਬਿਆਨਦੇ ਨੇ ਸੁਣਦੇ ਨੇ ਆਖਦੇ ਤੇ ਕਬੂਲਦੇ ਵੀ ਨੇ ਕਿ ਭਾਸ਼ਾ ਮੱਥੇ ਦਾ ਸ਼ੋਭਾ ਸ਼ਗਨ ਹੁੰਦੀ ਹੈ ਜੋ ਨਾੜ ਖੁੱਲ ਗਈ ਤੇ ਆਪੇ ਪਲਕਾਂ ਥਣੀਆਂ ਬਹਿੰਦੀ ਹੈ ਹਰਮਨਜੀਤ ਕਿਤਾਬ ਰਾਣੀ ਤੱਤ ਜੋ ਵਿਸਮਾਤ ਕਰਕੇ ਰੂਹ ਹਲੂਣਦੀ ਹੈ ਉਹਨੇ ਪਲਕਾਂ ਜਿਹੀ ਗੱਲਾਂ ਲਿਖੀਆਂ ਅੱਖਾਂ ਵਰਗੀ ਗੱਲ ਲਿਖੀ ਜਦੋਂ ਉਹ ਆਖਦਾ ਹੈ ਕਿ ਟਕੀਆਂ ਰਹਿਣ ਦੇ ਮਿੱਤਰਾਂ ਗੱਲਾਂ ਧਰਤ ਦੀਆਂ ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ ਜੋ ਅੱਖਾਂ ਖੁੱਲੇ ਤੋਂ ਆਪੇ ਸਾਹਮਣੇ ਆ ਜਾਣਗੀਆਂ ਤੇ ਪਲਕਾਂ ਤਾਈਂ ਝੁੱਕ ਕੇ ਦਿਲ ਵਿੱਚ ਆਵੜਨਗੀਆਂ ਅਸੀਂ ਆਖਾਂਗੇ ਵੀ ਕੀ ਕਿ ਰਾਣੀ ਤੱਤ ਪੰਜਾਬ ਦੇ ਹਰ ਕਸਬੇ ਦੇ ਨਵੇਂ ਆਕਾਰ ਦੇ ਬੁੱਲਾਂ ਥਾਣੀ ਜਦੋਂ ਵੀ ਉਚਾਰ ਹੁੰਦਾ ਹੈ ਤਾਂ ਨਾਲ ਹੀ ਨਾਲ ਆਪ ਹੀ ਆਖ ਹੁੰਦਾ ਹੈ ਕਿ ਸੁੱਤੇ ਧਿਆਨ ਜਾਗ ਉੱਠੇ ਨੇ ਤੇ ਗਿਆਨ ਤਾਂ ਨਹੀਂ ਵਸ ਪੈਂਦਾ ਪਰ ਕੁਛ ਐਵੇਂ ਹੀ ਹੋਇਆ ਲੱਗਦਾ ਹੈ ਜਿਵੇਂ ਧਰਤ ਨੂੰ ਕਿਸੇ ਨਵੀਂ ਅੱਖ ਨੇ ਵੇਖਿਆ ਤੇ ਕੁਛ ਨਵਾਂ ਸਾਡੇ ਅੱਖਾਂ ਥਾਣੀਆਂ ਬੈਠਾ ਜੋ ਤਰਕਾਂ ਨੂੰ ਵੀ ਵੱਲ ਪਾ ਗਿਆ।